ਦਿਨੋਂ ਦਿਨ ਇੱਕ ਸਮੱਸਿਆ ਜਿਹੜੀ ਹੈ ਪ੍ਰੋਬਲਮ ਆਪਣੇ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਵੱਧਦੀ ਜਾਂਦੀ ਹੈ, ਉਹ ਹੈ ਰਿਪੀਟਿੰਗ ਦੀ ਪ੍ਰੋਬਲਮ ਆ। ਵਾਰ ਵਾਰ ਪਸ਼ੂ ਹੀਟ ਦੇ ਵਿੱਚ ਆਉਂਦੇ ਨੇ ਜਾਂ ਗੱਭਣ ਨਹੀਂ ਖਲੋਂਦੇ, ਉਹਨਾਂ ਦੀ ਵਾਰ ਵਾਰ AI ਜਿਹੜੀ ਹੈ ਕਰਵਾਈ ਜਾਂਦੀ ਹੈ। ਕਈ ਫਾਰਮਰ ਇਹਦੇ ਤੋਂ ਇੰਨੇ ਕੁ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਪਸ਼ੂ ਜਿਹੜਾ ਹੈ ਵੇਚ ਦਿੰਦੇ ਨੇ ਜਾਂ ਫਿਰ ਇਹ ਕੰਮ ਹੀ ਛੱਡ ਦਿੰਦੇ ਨੇ। ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਹਾਡਾ ਵੀ ਕੋਈ ਪਸ਼ੂ ਹੈ ਜਿਹੜਾ ਵਾਰ ਵਾਰ ਹੀਟ ਦੇ ਵਿੱਚ ਆਉਂਦਾ, ਗੱਭਣ ਨਹੀਂ ਖਲੋਂਦਾ, ਤਾਂ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ, ਜੇ ਕੁਝ ਚੀਜ਼ਾਂ ਜਿਹੜੀਆਂ ਜ਼ਰੂਰ ਤੁਹਾਡੇ ਕੰਮ ਆਉਣਗੀਆਂ। ਜਿਹੜੇ ਕੁਝ ਨਵੇਂ ਫਾਰਮਰ ਪਹਿਲੀ ਵਾਰੀ ਆਪਣੇ ਚੈਨਲ 'ਤੇ ਆਏ ਨੇ, ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਜਿਹੜਾ ਇੱਕ ਬੈੱਲ ਦਾ ਬਟਨ ਹੈ ਉਹ ਵੀ ਦਬਾ ਲਓ, ਤਾਂ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਗਾਵਾਂ ਜਿਹੜੀਆਂ ਛੱਡ ਦਿੱਤੀਆਂ ਜਾਂਦੀਆਂ ਨੇ, ਜਿਹੜੀਆਂ ਵਾਰ ਵਾਰ ਹੀਟ ਦੇ ਵਿੱਚ ਆਉਂਦੀਆਂ ਨੇ, ਗੱਭਣ ਨਹੀਂ ਠਹਿਰਦੀਆਂ, ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ। ਜੇ ਮੱਝਾਂ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਹੈ। ਪਰ ਅਸਲ ਦੇ ਵਿੱਚ ਜਦੋਂ ਆਪਾਂ ਜ਼ਮੀਨੀ ਲੈਵਲ ਦੇ ਉੱਪਰ ਇਸ ਚੀਜ਼ ਨੂੰ ਚੈੱਕ ਕਰਦੇ ਹਾਂ, ਇਹਦੇ ਵਿੱਚ ਕੀ ਦਿੱਕਤਾਂ ਨੇ, ਮੁੱਢ ਤੋਂ ਜਾ ਕੇ ਜੇ ਇਸ ਪ੍ਰੋਬਲਮ ਨੂੰ ਆਪਾਂ ਫੜਦੇ ਹਾਂ, ਤਾਂ ਐਡੀ ਕੋਈ ਪ੍ਰੋਬਲਮ ਵੱਡੀ ਹੈਗੀ ਨਹੀਂ ਹੈ ਜਿੱਡੀ ਇਹ ਗਿਣੀ ਜਾਂਦੀ ਹੈ। ਇਹਦੇ ਵਿੱਚ ਕਈ ਚੀਜ਼ਾਂ ਦਾ ਆਪਣੇ ਵੱਲੋਂ ਧਿਆਨ ਨਹੀਂ ਰੱਖਿਆ ਜਾਂਦਾ, ਕਈ ਉਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ। ਇੱਕ ਫਾਰਮਰ ਜਦੋਂ ਉਹਨਾਂ ਦੇ ਉੱਤੇ ਧਿਆਨ ਨਹੀਂ ਦਿੰਦਾ ਤਾਂ ਤੁਹਾਡਾ ਪਸ਼ੂ ਜਿਹੜਾ ਖਰਾਬ ਹੋਣਾ ਲਾਜ਼ਮੀ ਹੋ ਜਾਂਦਾ ਹੈ। ਜਿਹੜੀਆਂ ਚੀਜ਼ਾਂ ਕੁਝ ਜਿਹੜੇ ਫਾਰਮੂਲੇ ਆਪਾਂ ਵਰਤ ਸਕਦੇ ਹਾਂ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਾਰਨ ਕੀ ਹੁੰਦੇ ਨੇ। ਸਭ ਤੋਂ ਵੱਡਾ ਕਾਰਨ ਹੁੰਦਾ ਇਨਫੈਕਸ਼ਨ। ਇਨਫੈਕਸ਼ਨ ਇੱਕ ਸਭ ਤੋਂ ਵੱਡਾ ਕਾਰਨ ਹੈ ਜਿਹਦੇ ਕਾਰਨ ਜ਼ਿਆਦਾਤਰ ਪਸ਼ੂ ਜਿਹੜੇ ਆਪਣੇ ਰਿਪੀਟਰ ਹੋ ਜਾਂਦੇ ਨੇ। ਇਨਫੈਕਸ਼ਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਜਿਵੇਂ ਪਸ਼ੂ ਦੇ ਸੂਣ ਸਮੇਂ ਬੱਚੇ ਦਾ ਜ਼ਿਆਦਾ ਵੱਡਾ ਹੋ ਜਾਣਾ, ਜੇਰ ਦਾ ਅੰਦਰ ਰਹਿ ਜਾਣਾ, ਪਸ਼ੂਆਂ ਦੇ ਥੱਲੇ ਗੰਦਗੀ ਜ਼ਿਆਦਾ ਮੱਚੀ ਰਹਿਣਾ, ਵਾਰ ਵਾਰ ਮੀਟਿੰਗ ਕਰਵਾਉਣਾ, ਮਿਨਰਲ ਜਾਂ ਕੈਲਸ਼ੀਅਮ ਦੀ ਕਮੀ ਹੋਣਾ, ਜਾਂ ਫਿਰ ਕਿਸੇ ਵੀ ਕਾਰਨ ਦੇ ਕਰਕੇ, ਕਿਸੇ ਬਿਮਾਰੀ ਦੇ ਕਰਕੇ, ਕਿਸੇ ਵੀ ਕਾਰਨ ਕਰਕੇ ਤੁਹਾਡਾ ਪਸ਼ੂ ਸਟ੍ਰੈਸ ਦੇ ਵਿੱਚ ਹੈ, ਤਾਂ ਉਹ ਪਸ਼ੂ ਵੀ ਰਿਪੀਟਰ ਹੋ ਜਾਂਦਾ। ਸਭ ਤੋਂ ਪਹਿਲੇ ਨੰਬਰ 'ਤੇ ਜਿਹੜੀ ਚੀਜ਼ ਹੈ ਜਿਹੜਾ ਪਸ਼ੂ ਵਾਰ ਵਾਰ ਹੀਟ ਦੇ ਵਿੱਚ ਆਉਂਦਾ ਹੈ, ਉਹਦੇ ਲਈ ਤੁਸੀਂ 20 ਦਿਨ ਇੱਕ ਤਰੀਕਾ ਵਰਤਣਾ ਹੈ ਪਹਿਲਾਂ, ਅਤੇ ਉਹਦੇ ਤੋਂ ਬਾਅਦ ਦੇ ਵਿੱਚ ਅਗਲੀ ਚੀਜ਼ ਦੇ ਉੱਪਰ ਆਪਾਂ ਗੱਲ ਕਰਦੇ ਹਾਂ। ਤੁਸੀਂ ਕਰਨਾ ਕੀ ਹੈ, 10 ਗ੍ਰਾਮ ਹਲਦੀ ਅਤੇ 100 ਗ੍ਰਾਮ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਜਿਹੜਾ ਹੈ ਡੇਲੀ 20 ਦਿਨ ਆਪਣੇ ਪਸ਼ੂ ਨੂੰ ਲਗਾਤਾਰ ਦੇਣਾ, ਅਤੇ ਨਾਲ ਦੀ ਨਾਲ ਧਿਆਨ ਰੱਖਣਾ ਜਦੋਂ ਵੀ ਆਪਣਾ ਪਸ਼ੂ ਹੀਟ ਦੇ ਵਿੱਚ ਆਉਂਦਾ ਹੈ ਉਹਨੂੰ ਤੁਰੰਤ AI ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਜਦੋਂ ਹੀਟ ਠੰਡੀ ਹੋ ਜਾਵੇ ਉਦੋਂ ਆਪਾਂ ਉਹਦੀ AI ਜਾਂ ਮੀਟਿੰਗ ਜਿਹੜੀ ਹੈ ਕਰਵਾਉਣੀ ਹੈ। ਜ਼ਿਆਦਾ ਹੀਟ ਦੇ ਵਿੱਚ ਪਸ਼ੂ ਦੀ AI ਜਿਹੜੀ ਕੀਤੀ ਹੈ ਉਹ ਵੀ ਪਸ਼ੂ ਨਹੀਂ ਠਹਿਰਦੇ। ਇਹਦੇ ਤੋਂ ਬਾਅਦ ਦੇ ਵਿੱਚ ਜਦੋਂ ਤੁਹਾਡਾ ਪਸ਼ੂ ਹੀਟ ਦੇ ਵਿੱਚ ਆਉਂਦਾ, ਟੀਕਾ ਲਗਵਾਉਣ ਤੋਂ AI ਕਰਨ ਤੋਂ ਪਹਿਲਾਂ ਜਾਂ ਮੀਟਿੰਗ ਕਰਵਾਉਣ ਤੋਂ ਪਹਿਲਾਂ ਤੁਸੀਂ ਇੱਕ ਪੱਕਾ ਤਰੀਕਾ ਵਰਤਣਾ ਹੈ। ਕਰਨਾ ਕੀ ਹੈ, 250 ਤੋਂ 300 ਗ੍ਰਾਮ ਹਰਾ ਧਨੀਆ ਲੈਣਾ ਹੈ, ਹਰਾ ਸੁੱਕਾ ਧਨੀਆ ਨਹੀਂ ਹੋਣਾ ਚਾਹੀਦਾ, ਅਤੇ 250 ਤੋਂ 300 ਗ੍ਰਾਮ ਨਿੰਮ ਦੇ ਪੱਤੇ। ਇਹ ਜਿਹੜੀਆਂ ਦੋ ਚੀਜ਼ਾਂ ਖਵਾਉਣ ਤੋਂ ਬਾਅਦ ਦੇ ਵਿੱਚ ਪਸ਼ੂ ਨੂੰ AI ਕਰਵਾਉਣੀ ਹੈ, ਅਤੇ AI ਕਰਵਾਉਣ ਤੋਂ ਬਾਅਦ ਦੇ ਵਿੱਚ 200 ਗ੍ਰਾਮ ਵੇਸਣ, 100 ਗ੍ਰਾਮ ਮਹਿੰਦੀ ਅਤੇ 150 ਗ੍ਰਾਮ ਸਰੋਂ ਦਾ ਤੇਲ ਜਿਹੜਾ, ਇਹ ਤਿੰਨ ਚੀਜ਼ਾਂ ਆਪਾਂ ਪਸ਼ੂ ਨੂੰ ਦੇ ਦੇਣੀਆਂ ਨੇ। ਇਹ ਤਿੰਨੇ ਫਾਰਮੂਲੇ ਜੇ ਤੁਸੀਂ ਕਿਸੇ ਵੀ ਕਿੰਨੇ ਵੀ ਖਰਾਬ ਤੋਂ ਖਰਾਬ ਹੋਏ ਪਸ਼ੂ ਦੇ ਉੱਪਰ ਵਰਤਦੇ ਹੋ, ਪਹਿਲੇ ਨੰਬਰ 'ਤੇ 10 ਗ੍ਰਾਮ ਹਲਦੀ ਜਿਹੜੀ ਹੈ, ਅਤੇ ਉਹਦੇ ਨਾਲ 100 ਗ੍ਰਾਮ ਤੱਕ ਮਿਨਰਲ ਮਿਕਸਚਰ ਜਿਹੜਾ 20 ਦਿਨ ਤੱਕ ਦੇਣਾ ਹੈ ਪਸ਼ੂ ਹੀਟ ਦੇ ਵਿੱਚ ਜਦੋਂ ਆ ਜਾਵੇ, ਉਹਦੇ ਤੋਂ ਬਾਅਦ ਦੇ ਵਿੱਚ ਟੀਕਾ ਲਗਵਾਉਣ ਤੋਂ ਪਹਿਲਾਂ 250 ਤੋਂ 300 ਗ੍ਰਾਮ ਹਰਾ ਧਨੀਆ ਅਤੇ 250 ਤੋਂ 300 ਗ੍ਰਾਮ ਨਿੰਮ ਦੇ ਪੱਤੇ ਦੇ ਕੇ AI ਕਰਵਾਉਣੀ ਹੈ, ਅਤੇ AI ਹੋਣ ਤੋਂ ਬਾਅਦ ਦੇ ਵਿੱਚ 200 ਗ੍ਰਾਮ ਵੇਸਣ, 150 ਗ੍ਰਾਮ ਮਹਿੰਦੀ ਅਤੇ 150 ਗ੍ਰਾਮ ਸਰੋਂ ਦਾ ਤੇਲ। ਇਹ ਜਿਹੜੀਆਂ ਚੀਜ਼ਾਂ ਕਿਸੇ ਵੀ ਪਸ਼ੂ ਨੂੰ ਦੇ ਦਿੰਦੇ ਹੋ ਲਗਾਤਾਰ ਰੂਟੀਨ ਦੇ ਨਾਲ, ਤਾਂ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿ ਉਹ ਪਸ਼ੂ ਜਿਹੜਾ ਆਪਣਾ ਰਿਪੀਟਰ ਹੋ ਜਾਵੇ ਜਾਂ ਠਹਿਰੇ ਨਾ। ਬਿਲਕੁਲ ਪੱਕੇ ਤਰੀਕੇ ਨੇ, ਤੁਸੀਂ ਵਰਤ ਕੇ ਵੇਖ ਸਕਦੇ ਹੋ। ਜੇ ਕੰਮ ਦੀ ਵੀਡੀਓ ਕੋਈ ਜਾਣਕਾਰੀ ਚੰਗੀ ਲੱਗੇ ਹੋਰ ਜ਼ਿਮੀਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਦਿਆ ਕਰੋ। ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।